अच्छा, तुहाडा नाम लाल दीन है जी, वाल साहब का नाम जलाल दीन। हाँ ठीक ठीक। ते उत्थे कबंजोर चक है, उत्थे जोराड मरीज। अच्छा, वो तो शक नहीं, 40-50 तो ही उत्ते उत्ते कबार है। अच्छा जी। तो जेड़े इन्हें गए वो तो मार खप गए, वो उत्ते मिट्टी आते हैं जिमें अपनी कबर इवें कबर बनी। अच्छा, वो केड़ा पिंड है जी जेड़ा दसते पे ने? वो कम पिंड है विंजोए। विंजोएर। हाँ, वो केड़े शहर दे नेड़े है? अनूपगढ़ दे नेड़े। अनूपगढ़ दे। हाँ अच्छा, उत्थे जोरड़ मरीजे है ज्यादा? हाँ। अच्छा, वो जोरड मगरू आया है तो उत्थे भी रहंदे है। अच्छा, उत्थे कट्ठे इक्के थारे होए तो उत्थे उन्हां तड़े। अच्छा अच्छा ठीक। ते तुहाडा पिंड केड़ा है जी पिछे हिंदुस्तान? साडा पिंड कोई नहीं। हाँ जी, असं इतों उर्दू चेतरे च इतने आ गए। अच्छा, सामने च उदे जाते रहे, सियाला उदे गत्ते मोड़ अटते इतने आ गए, मोड़ इतों चढ़ गए। पिंड कोई नहीं। नहीं, जिदा लोटी पई है तुसी कित्थे रहंदे है? उस असी लाले की। हाँ, लोटी से पई इतने लाले की रहंदे है? हाँ। अच्छा अच्छा, असी साडी तैयारी आई बई हुण पिछे चलीए, मीह वस गए इनका हो गए। अच्छा, उत्तों लोटी पई। ठीक, असं इतें रह गए जेडे साडे घर उदे नूं उदे बैठे। अच्छा, ओ तुहाडे रिश्तेदार उत्थे बैठे ने हाली भी? हाँ। ओ कित्थे बैठे ने जी? ओ अनूपगढ़ बैठे। अनूपगढ़ च? हाँ, उन्होंने हुण बोई लै लईआं, माल बेच दित्ते। अच्छा, अगे माल चराउंदे? हाँ, अगे माल आए साडे कोल, बोई बोई का नहीं आई। अच्छा जी, उन्होंने हुण बोई लै लईआं। हर कौम जिहड़ी माल उन्हें बेच सट्टण ते बोई खरीद। ठीक है, नाले ठीक। ते ए उधर लाले की च कोई हिंदू सिख रहंदे है? हाँ, इत्थे लाले की च रहंदे है हिंदू सिख? हाँ, इत्थे उस रहंदे है। उन्हां दा की नाम याद है तुहानू? हिंदुआं दे नाम भुल गए हुण ना। अच्छा, नाम भुल गए। अच्छा ठीक है, सही। ते मुड़ तुसी गाय लोटी पवण तो रहंदे आए ने? ओ ठाका रहे। अच्छा जी, ਉਹਨਾਂ ਨਾਲ ਕਿਸੇ ਨਾਲ ਰਾਮ ਜੀ ਆ, ਕਿਸੇ ਨਾਲ ਫੂਲ ਸਿੰਘ ਆ, ਬਸ ਇਹ ਜੇ ਨਾਂ ਉਹਨਾਂ ਦੇ ਹਨ। ਅੱਛਾ ਜੀ, ਅਤੇ ਤੁਸੀਂ ਇਹ ਮਾਲ ਲੋਟੀ ਤੋਂ ਪਹਿਲਾਂ ਵੀ ਉਹਦੇ ਲੈ ਜਾਂਦੇ ਹੈ? ਹਾਂ, ਲੋਟੀ ਤੋਂ ਪਹਿਲਾਂ ਲੈ ਜਾਂਦੇ। ਅੱਛਾ, ਤਾਂ ਕਿੱਥੇ ਜਾ ਚਰਾਉਂਦੇ ਹੈ ਜੀ? ਉਹ ਜੈਤਪੁਰ ਬੀਕਾਨੇਰ ਤੋਰਾਂ ਦਾ 15 ਕੋ ਉੱਥੇ ਜਾ ਚਰਾਉਂਦੇ। ਅੱਛਾ, ਇੱਥੋਂ ਦਾ ਅਸੀਂ ਦਾ ਦੇ ਲਾਉਂਦੇ ਹਾਂ ਤਾਂ ਉੱਥੇ ਪੜਦੇ ਹੈ। ਦਾ ਦੇ ਹਾਂ ਜੀ। ਹਾਂ ਅੱਛਾ, ਤੋਰੀ ਰੱਖਦੇ ਦਾਲ। ਠੀਕ, ਮੁੜ ਉੱਥੇ ਗਏ ਤੇ ਉੱਥੇ 6 ਮਹੀਨੇ ਗੱਤੇ ਤੇ ਮੁੜ ਪਿੱਛੇ ਟੋ। ਅੱਛਾ, 6 ਮਹੀਨੇ ਉੱਥੇ ਪਾਉਂਦੇ? ਸਾਡਾ ਤਾਂ ਇਹ ਸਾਲ ਦਾ। ਅੱਛਾ ਅੱਛਾ, ਤੇ ਕੌਣ ਕੌਣ ਜਾਂਦੇ ਆ ਬਾਬਾ ਜੀ? ਹੈਂ, ਕੌਣ ਕੌਣ ਜਾਂਦੇ ਆ ਤੁਸੀਂ? ਕੌਣ ਕੌਣ ਆਉਂਦੇ ਆ ਮਾਲ ਦੇ ਨਾਲ? ਸਾਰੇ ਹੀ ਆਉਂਦੇ ਆ, ਵਿੱਚ ਪੋਤਰ ਵੀ, ਵਿੱਚ ਪਿਓ ਵੀ, ਹੋਰ ਲੈਂਦੇ ਆ। ਠੀਕ ਹੈ ਠੀਕ। ਉਹ ਆ ਮਾਲ ਤਾਂ ਆ ਹੀ ਨਹੀਂ ਉਸ ਬੰਦੇ ਕੋਲ, 1000-1000 2-2 ਹਜ਼ਾਰ ਘਰ ਦੀ ਆਉਂਦੀ ਹੈ। ਆਪਣੇ ਰਿਸ਼ਤੇਦਾਰ ਜਿਹੜੇ ਬੈਠੇ ਨੇ ਅਨੂਪਗੜ੍ਹ ਚ, ਅਨੂਪਗੜ੍ਹ ਸ਼ਹਿਰ ਚ ਬੈਠੇ ਨੇ? ਸ਼ਹਿਰ ਵਿੱਚ ਬੈਠੇ। ਅੱਛਾ, ਉਹ ਐਨ ਮੇਰੀ ਬੋਈ ਦੇ ਪੁੱਤਰ। ਅੱਛਾ ਅੱਛਾ ਠੀਕ। ਆਦੇ ਆਪ ਡਾਕਟਰ ਜਿਹੜੇ ਨਿਕਲੇ ਨਾ, ਉਹ ਨਿਕਲ ਗਏ, ਉਹਨਾਂ ਨਹੀਂ ਉੱਠਾ। ਅੱਛਾ ਅੱਛਾ, ਪੁੱਛਿਆ ਹੀ ਨਹੀਂ। ਜਿਹੜੇ ਹੱਟ ਤੇ ਪਿਛਾਂ ਆਦੀਆਂ ਜ਼ਮੀਨਾਂ ਵਾਲੇ ਆਏ, ਜ਼ਮੀਨਾਂ ਜਾਂਦੇ ਰਹੇ, ਉਹ ਉਵੇਂ ਬੈਠੇ ਉਵੇਂ ਬੈਠੇ। ਹਾਂ, ਉਹਨਾਂ ਨੂੰ ਕਿਸੇ ਨੇ ਪਤਾ। ਠੀਕ ਹੈ ਠੀਕ ਹੈ। ਯਾਨੀ ਇੱਥੇ ਅਮਨ ਆ ਮੁਸਲਮਾਨਾਂ ਨੂੰ ਦਿੱਤਾ ਉਹਨਾਂ ਨੇ? ਹਾਂ, ਕੁਝ ਨਹੀਂ ਆਖਿਆ। ਮੁਸਲਮਾਨ ਦਾ ਕਦਰ ਹੈ, ਹਿੰਦੂ ਦਾ ਉਹਦਾ ਕਦਰ ਨਹੀਂ। ਜੇਕਰ ਮੁਸਲਮਾਨ ਦਾ ਹੈ ਨਾ ਪੋਤਾ, ਉਹਨਾਂ ਦਾ ਨਹੀਂ। ਜੀ ਜੀ, ਉਹਨਾਂ ਦਾ ਇੱਕ ਸਿਰੇ ਪਰ ਤੇ ਇੱਕ ਆਪਣਾ, ਜੇ ਉਹਨਾਂ ਦਾ ਇੱਕ ਚਾਰ ਮਹੀਨੇ ਤੇ ਇੱਕ ਆਪਣਾ, ਹਿੱਸਾ ਬਰਾਬਰ ਰੱਖਿਆ। ਹਾਂਜੀ ਠੀਕ ਹੈ। ਤੇ ਸੁਣ ਸੀ ਗੋ, ਮੁਸਲਮਾਨ ਦੀ ਹਿੰਦੂ ਦੀ ਉਹ ਘੱਟ ਸੁਣਦਾ। ਹਾਂਜੀ ਠੀਕ ਹੈ ਬਾਬਾ ਜੀ, ਤੁਸੀਂ ਹਾਂਜੀ ਉਹ ਖਾਸੇ ਨੂੰ ਇਸ ਜ਼ਮੀਨ ਦੀ ਪੈਦਾ ਦੋਈ ਸ਼ਾਇ ਉਹ ਨਹੀਂ ਖਾਂਦੇ।
ਠੀਕ ਹੈ ਨੇੜੇ ਨਹੀਂ ਜਾਣ ਹਾਂ ਗੋਸ਼ ਨਹੀਂ ਖਾਂਦੇ ਹਾਂ ਨੇੜੇ ਨਹੀਂ ਜਾਣ ਠੀਕ ਜਿਹੜੀ ਇਹਦੇ 'ਚ ਪੈਦਾ ਉੱਥੇ ਹੀ ਉਹ ਖਾ ਸਹੀ ਹੈ ਠੀਕ ਤੁਸੀਂ ਅਨੂਪਗੜ੍ਹ ਜਾਂਦੇ ਹੈ ਬੂਈ ਕੋਲ ਹਾਂ ਅਤੇ ਉਹ ਕਿਹੋ ਜਿਹਾ ਸ਼ਹਿਰ ਹੈ ਉਹ ਚੰਗਾ ਭਲਾ ਸ਼ਹਿਰ ਹੈ ਬੜਾ ਸੋਹਣਾ ਅਸੀਂ ਘਣੇ ਉੱਥੇ ਰਹਿੰਦੇ ਮੈਂ 18 ਸਾਲ ਆਪ ਉੱਥੇ ਰਹਿਆ ਅੱਛਾ ਲੋਟੀ ਤੋਂ ਪਿੱਛੇ ਲੋਟੀ ਤੋਂ ਪਿੱਛੇ ਵੀ ਉੱਥੇ 18 ਸਾਲ ਹਾਂ ਉੱਥੇ ਉਹ ਬਵੀ ਦੇ ਪੁੱਤਰਾਂ ਕੋਲ ਰਹੇ ਅੱਛਾ ਅੱਛਾ ਠੀਕ ਅੱਗੇ ਬੰਦਾ ਕੋਈ ਨਹੀਂ ਆਏ ਇਹ ਤਾਂ ਤਾਰ ਨਿਕਲੀ ਤਾਂ ਬੰਦਾ ਚੋਈ ਅੱਛਾ ਅੱਗੇ ਚਲੇ ਜਾਂਦੇ ਉਹਦੇ ਅੱਗੇ ਬੰਦੇ ਮਾਲ ਉਹਦਾ ਚਰਾਈ ਰੱਖਦੇ ਅੱਛਾ ਮਾਲ ਹਾਂ ਕੋਈ ਨਹੀਂ ਪੁੱਛ ਉਹ ਯਾਰ ਨਹੀਂ ਤੇ ਬੰਦਾ ਪੜ੍ਹੇ ਹੋਇਆ ਨਹੀਂ ਉਹਨੂੰ ਉਹ ਨਹੀਂ ਪੁੱਛਦੇ ਹਾਂ ਵੀ ਇਹਨੇ ਕੋਈ ਨੁਕਸਾਨ ਨਹੀਂ ਤੇ ਮਈਆਂ ਚਰਾਉਣ ਜਾਂ ਆਪਣੀਆਂ ਗਾਈ ਲਈ ਪੜ੍ਹੇ ਹੋਏ ਨੂੰ ਉਹ ਫਾਦ ਲੈਂਦੇ ਆ ਤੇ ਉਹ ਇਹਨੇ ਫੜਦੇ ਅੱਛਾ ਅੱਛਾ ਹਾਂ ਉਹਨੂੰ ਆਉਂਦਾ ਬਾਗ ਜਾ ਬਾਗ ਜਾ ਹਾਂ ਵੱਧ ਜਾ ਠੀਕ ਹੈ ਤੁਸੀਂ ਮੁੜ 18 ਸਾਲ ਉੱਥੇ ਰਹੇ ਨੇ ਅਨੂਪਗੜ੍ਹ ਬੂਈ ਕੋਲ ਬੂਈ ਦੇ ਪੁੱਤਰਾਂ ਕੋਲ ਹਾਂ ਤੇ ਉੱਥੇ ਅਨੂਪਗੜ੍ਹ 'ਚ ਤੁਹਾਡੇ ਆਸੇ ਪਾਸੇ ਉੱਥੇ ਜਿੱਥੇ ਉਹ ਘਰ ਹੈ ਤੁਹਾਡੇ ਰਿਸ਼ਤੇਦਾਰਾਂ ਦਾ ਉੱਥੇ ਹਿੰਦੂ ਸਿੱਖ ਰਹਿੰਦੇ ਨੇ ਜੀ ਹਾਂ ਉਹ ਜੇ ਆਪਾਂ ਨੂੰ ਉਹ ਗਾਂ ਇੱਕ ਨਹੀਂ ਕਰਨ ਦਿੰਦੇ ਮੈਂ ਕਰਤ ਖਾ ਲੈ ਛਤਰਾ ਖਾ ਲੈ ਬੱਕਰਾ ਖਾ ਲੈ ਹਾਂਜੀ ਆਪਣੀ ਉਹ ਬੱਕਰੇ ਇੱਦਾਂ ਇੱਦਾਂ ਕਰਦੇ ਪਏ ਨੂੰ ਪੁੱਛਦੇ ਹੀ ਨਹੀਂ ਪੁੱਛਦੇ ਨਹੀਂ ਸਹੀ ਪਰ ਤੂੰ ਬੰਦੇ ਰੋਜ਼ੇ ਰੱਖਦੇ ਨਾ ਉਹ ਪਾਣੀ ਕੌੜੇ ਉਹ ਆਪਦੇ ਕੁੰਡਾਂ ਉਹਨਾਂ ਬਣਾਈਆਂ ਹੀ ਆਉਂਦੀਆਂ ਨੇ ਰੜਿਆਂ 'ਚ ਉਹ ਬਰੀਜ ਗਈਆਂ ਪੱਕੀਆਂ ਹੁੰਦੀਆਂ ਉਹਨਾਂ ਜੰਦਰੇ ਵੱਜੇ ਰਹੇ ਜਿਸੇ ਉਹ ਪਾਣੀ ਮੁੱਕ ਗਏ ਅਗਲੇ ਮੀਂਹਾਂ ਮੁੜ ਉਹਨਾਂ 'ਚ ਉਹ ਪੀਂਦੇ ਅੱਛਾ ਉਹ ਮੁੜ ਨਾਲ ਦਿੰਦੇ ਆ ਵੀ ਤੁਸੀਂ ਰੋਜ਼ੇ ਰੱਖਦੇ ਨੇ ਸਾਨੂੰ ਹੀ ਸਵਾਬ ਦੀ ਹਾਂ ਸਹੀ ਹੈ ਖਿਆਲ ਰੱਖਦੇ ਨੇ ਉਹ ਗਣੇ ਆਪਣੀਆਂ ਪੱਕੀਆਂ ਹੀ ਖਾ ਲੈਂਦੇ ਅੱਛਾ ਹਾਂ ਉਹ ਰਲਦੇ ਬੈਠੇ ਨੇ ਹਾਂ ਉਹ ਆਉਂਦੇ ਨਾ ਤੁਸੀਂ ਉੱਧਰ ਜਾਓ ਨਾ ਗਾਈ ਖਾਓ ਹਾਂ ਦੋਵੇਂ ਤੋਂ ਉਹ ਕੋਈ ਨਹੀਂ ਰੋਕਦੇ ਸਹੀ ਕਿਤੇ ਜਾ ਰਹੇ ਵਿੱਚ ਵਸਤੇ ਤਾਂ ਕੀਤੀ ਰੱਖਦੇ ਹਾਂਜੀ ਬੱਕਰੀ ਤੋਂ ਨਹੀਂ ਪੁੱਛਦੇ ਆ ਛੋਟਾ ਕਰ ਲੈ ਮੈਂ ਕਰ ਲੈ ਬੱਕਰਾ ਕਰ ਛਤਰਾ ਕਰ ਸਹੀ ਕਈ ਕਈ ਤਾਂ ਹਲਾਲ ਹੀ ਖਾ ਲੈਂਦੇ ਆ ਅੱਛਾ ਖਾ ਲੈਂਦੇ ਉਹ ਬੱਕਰੇ ਆਪ ਹਲਾਲ ਕਰਾ ਤੇ ਖਾ ਲੈਂਦੇ ਹੁਣ ਉਹਨਾਂ ਹੁਣ ਮਾਲ ਵੇਚ ਛੱਟਣ ਉਹਦੇ ਨਹਿਰਾਂ ਲੱਗ ਗਈਆਂ ਆਬਾਦੀ ਹੋ ਗਈ ਆਬਾਦੀ ਹੋ ਗਈ ਹਾਂ ਸਾਰੇ ਆਬਾਦੀ ਹੋ ਵਾਹੀਆਂ ਆਉਣ ਲੱਗ ਗਈਆਂ ਹਾਂ ਵਾਹੀਆਂ ਠੀਕ ਬਾਬਾ ਜੀ ਸਰ ਲੋਟੀ ਤੋਂ ਬਾਅਦ ਤੁਸੀਂ ਲੱਗਦੇ ਆ ਅਨੂਪਗੜ੍ਹ ਜਾਂਦੇ ਹੈ ਹਾਂ ਉਹ ਬਾਰਡਰ ਕਿੱਥੋਂ ਲੱਗਦੇ ਹੈ ਉਹ ਤੂੰ ਅੱਗੋਂ ਫੋਟਾਂ ਵਾਸਤੋਂ ਹੀ ਲੱਗ ਜਾਂਦਾ ਖਿੱਚੀ ਵਾਲੇ ਕੋਲ ਇੱਥੇ ਹਾਂਜੀ ਅਗਾਂ ਲੱਗ ਖਿੱਚੀ ਵਾਲੇ ਤੋਂ ਨੇੜੇ ਬਾਰਡਰ ਨੇੜੇ ਇੰਡੀਆ ਦੇ ਉਸ ਵੇਲੇ ਵਾਈ ਹੈ ਹੀ ਕਹਿ ਨਹੀਂ ਅੱਛਾ ਸਾਰੇ ਹੀ ਬਰਾਨ ਆਏ ਠੀਕ ਸਹੀ ਹੈ ਇਹ ਅਨੂਪਗੜ੍ਹ ਇੱਥੇ ਆ ਜਾਂਦੇ ਹੈ ਮੰਡੀ ਹੋਰ ਮੰਡੀ ਕਹਿ ਨਹੀਂ ਹੈ ਬਾਹਰ ਸਾਰੀ ਆਏ ਅੱਛਾ ਅੱਛਾ ਠੀਕ ਮਾਲ ਚਰਾ ਛੱਡਦੇ ਸਹੀ ਉੱਥੇ ਪਾਣੀ ਦੀ ਅੱਗੇ ਬੜੀ ਕਿੱਲਤ ਹੈ ਕਿੱਲਤ ਹੈ ਪਾਣੀ ਹਾਂ ਪਾਣੀ ਲੱਭਦਾ ਹੀ ਨਹੀਂ ਆ 40-50 ਕਰੇ ਲਾਂ ਪਾਉਂਦੀ ਆਏ ਉਹ ਬੋਕਾ ਬਣਿਆ ਹੁੰਦਾ ਮੈਂ ਸਾਲਮ ਚਾਮਲਾ ਉਹ ਬਰੀਕ ਧਿਆਨ ਦਾ ਹੁੰਦੇ ਤਰਾਏ ਖੜੇ ਹੁੰਦੇ ਅੱਛਾ ਉਹ ਕੋਠਾ ਬਣਿਆ ਹੋਇਆ ਹੋਇਆ ਹੁੰਦੇ ਜਮਾ ਹੁੰਦਾ ਰਿਹਾ ਸਾਰੀ ਰਾਤ ਸਾਰਾ ਦਿਨ ਉਹ ਮੁੜ ਮਾਲ ਆਉਂਦੇ ਆ ਤੇ ਉਹ ਪੀਂਦੇ ਆ ਅੱਛਾ ਪਾਣੀ ਉੱਥੇ ਨਹੀਂ ਲੱਭਦਾ ਠੀਕ ਜੇ ਤੂੰ ਗਿਆ ਨਾ ਮੰਮਾ ਪਰ ਪਾਣੀ ਤੇਰੇ ਕੋਲ ਆਦਾ ਮੋਢੇ ਤੇ ਰੱਖਾ ਅੱਛਾ ਨਾ ਪਾਣੀ ਕੋ ਨਹੀਂ ਹੁੰਦਾ ਹਾਂ ਪਾਣੀ ਦੀ ਬੜੀ ਕਿੱਲਤ ਹੈ ਅਸੀਂ ਰੁਪਈਆ ਰੱਖਦੇ ਆਏ ਤੇ ਇਦੂ ਬਿਦੂ ਵਿੱਢੇ ਕਰਤੇ ਹੁੰਦੇ ਰੁਪਈਏ ਦਾ ਰੁਪਈਆ ਦਿੰਦੇ ਅੱਛਾ ਪਾਣੀ ਉੱਥੇ ਬੜਾ ਔਖਾ ਠੀਕ ਹੋਰ ਵੀ ਰਿਸ਼ਤੇਦਾਰ ਰਹਿੰਦੇ ਆ ਉਹਦੇ ਹਾਂ ਸਾਡੇ ਹੋਰ ਰਿਸ਼ਤੇਦਾਰ ਅਗਾਂਹ ਆਏ ਥੋੜ੍ਹੇ ਜਿਹੇ 4-5 ਗਾਂ ਉਹ ਅਜੇ ਨਹੀਂ ਅਗਾਂਹ ਬੈਠੇ ਨੂੰ ਉਹ ਬੀਕਾਨੇਰ ਦੇ ਨਾਲ ਹੈ ਹੋਰ ਉਹ ਆਏ ਸੋਈ ਵੱਜਦੇ ਐਵੇਂ ਜਿਵੇਂ ਆਪਣੀਆਂ ਬਹਿਣੀਆਂ ਅੱਛਾ ਐਵੇਂ ਵਿੱਚ ਬਹਿਣੀਆਂ ਹੈ ਉਹ ਠਾਕਰ ਕੋਲੋਂ ਬੰਦ ਹੈ ਉਹ ਉੱਥੇ ਹੀ ਬੈਠੇ ਉੱਥੇ ਹੀ ਬੈਠੇ ਉੱਥੇ ਹੀ ਬੈਠੇ ਅੱਛਾ ਉਹ ਵੀ 47 ਚ ਇਸ ਗੱਲੋਂ ਨਹੀਂ ਆਇਆ ਵੀ ਉਹਨਾਂ ਨੂੰ ਕਿਸੇ ਨੇ ਹਲਾਇਆ ਉੱਥੇ ਅਮਨ ਨਾਲ ਬੈਠੇ ਰਹਿਣ ਹਾਂ ਅਮਨ ਨਾਲ ਬੈਠੇ ਨੂੰ ਉਹਨਾਂ ਬੰਦਿਆਂ ਨੂੰ ਜਿਵੇਂ ਆਪਾਂ ਇੱਥੇ ਵਿਹਾਂ ਸ਼ਾਦੀਆਂ 'ਤੇ ਜਾਂਦੇ ਹਾਂ ਇਵੇਂ ਇੱਕ ਦੂਏ 'ਤੇ ਆਉਂਦੇ ਜਾਂਦੇ ਹਾਂ
ਉਹਨਾਂ ਦਾ ਨਾਲ ਆ ਗਿਆ ਨਾ ਹੀ ਤੇ ਉਸ ਖਾਣਾ ਪਕਾ ਲਿਆ ਆਪਣੇ ਜਾਵਣ ਦਾ ਆਪਣਾ ਨਾਲ ਆਉਂਦਾ ਸੁੱਕੇ ਰਸਤੇ ਲਈ ਤੇ ਖਾਣਾ ਠੀਕ ਹੈ ਸਹੀ ਹੈ ਐਵੇਂ ਨੇ ਅੰਦਰ ਬਾਜੀਆਂ ਇੱਕ ਦੂਏ ਨੂੰ ਹਾਂਜੀ ਜਿਹਨਾਂ ਜਿਹਨਾਂ ਲੋਟੀ ਪਈ ਹੈ ਜੀ ਤੁਸੀਂ ਆਖਾਂ ਨਹੀਂ ਉਹਨਾਂ ਨੂੰ ਰਿਸ਼ਤੇਦਾਰਾਂ ਨੂੰ ਭੇਜਦੇ ਆ ਜਾਓ ਉਹ ਨਹੀਂ ਆਏ ਸਰ ਮਾਲ ਨਹੀਂ ਲੱਗਿਆ ਪੈ ਮੁੜ ਉਹਨਾਂ ਮੰਦਿਆਂ ਨੂੰ ਤੰਗੀ ਨਹੀਂ ਆਈ ਨਾ ਤੰਗੀ ਹੋਵੇ ਤਾਂ ਨਿਕਲੇ ਤੰਗੀ ਹੋਵੇ ਤਾਂ ਨਿਕਲੇ ਹਾਂ ਤੰਗੀ ਕੋ ਨਹੀਂ ਹੈ ਕਰੀ ਨਹਿਰੂ ਕੀਤੀ ਆਈ ਤਕਰੀਰ ਉਸ ਆਖਿਆ ਜਿਹੜੇ ਤੁਸੀਂ ਮੁਸਲਮਾਨ ਨੇ ਨਾ ਮੇਰੀ ਉਹ ਧੋਤੀ ਹੈ ਉਹ ਮੇਰੀ ਜੁੱਤੀ ਹੈ ਉਹ ਪੱਗ ਹੈ ਉਹ ਕਮੀਜ਼ ਹੈ 5 ਸਾਲ ਹੋ ਗਏ ਤੁਸੀਂ 5 ਬਾਦਸ਼ਾਹ ਬਦਲ ਗਏ ਨੇ ਇੱਕ ਰਾਜ ਲੈਂਦਾ ਦੁਆਂ ਦਾ ਆ ਜਾ ਉਹ ਹੇਠਾਂ ਲੈ ਜਾਂਦਾ ਦੁਆ ਆ ਜਾ ਅਤੇ ਮੇਰੀਆਂ ਅਜੇ ਠਿਕੜੀਆਂ ਉਹ ਤੇ ਆ ਚੋਰੀ ਚਾਰੀ ਉੱਥੇ ਕਹਿੰਦੇ ਇੱਥੇ ਤਾਂ ਲਿੱਤੋਰ ਕੋ ਨਹੀਂ ਛੱਡੀ ਆਏ ਆਪਣੇ ਹੁਣ ਘਰ ਭਰੇ ਪੈਣ ਬੂਹੇ ਲੱਥੇ ਛੱਡ ਜਾ ਇਹਨਾਂ ਦੇ ਬੂਹੇ ਕੇ ਖੁਰਾ ਨਹੀਂ ਉਹਨਾਂ ਆਮਣਾ ਹੀ ਨਹੀਂ ਅਸੀਂ ਸਿਉਂਦੇ ਹਾਂ ਰੁਪਈਏ ਜਿੱਥੇ ਹੁੰਦੀਆਂ ਹੀ ਨਾ ਝੂਪੜੀਆਂ ਉੱਥੇ ਪੂਰ ਤੇ ਅਗਾਂ ਹੋ ਜਾਣ ਜਿਸੇ ਹੱਟ ਆਮਣਾ ਤਾਂ ਕੱਢ ਲੈਣ ਹਾਂ ਇੱਥੇ ਤਾਂ ਮੂੰਹ ਸੁੱਕ ਲੈਂਦੇ ਫਿਰ ਤਿੰਨ ਲਿੱਤੋਰੀ ਛੱਡਦੇ ਹਾਂ ਉਹ ਜਿਹੜਾ ਪਾਸਾ ਨਾ ਉਹਦਾ 7 ਬਾਡਾ ਅੱਛਾ ਇਹ ਆਪਣੀ ਚੋਰੀ ਨਾ ਯਾਰੀ ਹੁਣ ਉਹਨਾਂ ਦਾ ਆਪਣੇ ਸੁਹਾਰ ਖੜੇ ਲਾਈਆਂ ਹੁੰਦੇ ਠਿਗੜੀ ਤਾਂ ਲੱਗ ਜਾ ਫਿਰ ਠਿਗੜੀ 'ਚ ਕੀ ਪਿਆ ਕੰਜਰੋ ਗੁਨਾਹ ਚਾਹੁੰਦੇ ਸਹੀ ਗੱਲ ਉਹਨਾਂ ਦੇ ਆਉਂਦੇ ਪੈਣਾ ਤਾਂ ਘੂਨ ਆਉਂਦੀ ਹੈ ਜੀ ਆਪਣੀ ਹੈ ਸਵਾਣੀ ਰਾਹ 'ਤੇ ਆਉਂਦੇ ਪਏ ਉਹਦਾ ਕਰੇ ਦੂਰ ਹੋ ਜਾ ਸਣੋ ਨਸਾਂ ਵਾਂ ਨਹੀਂ ਆ ਸਹੀ ਠੀਕ ਇੱਥੇ ਤਾਂ ਭਾਈ ਸ਼ਾਬਾ ਅਤੇ ਬਾਬੇ ਜੀ ਸਰ ਲੋਟੀ ਪਈ ਹੈ ਜੀ ਲੋਟੀ ਹਾਂ ਉਸ ਵੇਲੇ ਤੁਸੀਂ ਕੀ ਹਾਲਾਤ ਵੇਖੇ ਇੱਥੇ ਲਾਲੇ ਕੇ ਜਾਂ ਜਿੱਥੇ ਵੀ ਰਹਿੰਦੇ ਆ ਤੁਸੀਂ ਆਸੇ ਪਾਸੇ ਕੀ ਹਾਲਾਤ ਹੈ ਜਿਹੜੇ ਇੱਥੇ ਹਿੰਦੂ ਸਿੱਖ ਰਹਿੰਦੇ ਹੋ ਕਿਵੇਂ ਨਿਕਲੇ ਵਿਚਾਰੇ ਉਹ ਲੋਕ ਵੱਡੀਨ ਡਾ ਰਿਹਾ ਕੋਈ ਅਹੀਂ ਭੱਜੇ ਕੋਈ ਅਹੀਂ ਭੱਜੇ ਕਿਨਾਂ ਨੂੰ ਬੰਦਿਆਂ ਲਗਾਈ ਵੀ ਰੱਖਿਆ ਹਿੰਦੂਆਂ ਨੂੰ ਵਿੱਚੋਂ ਲੈ ਜਾਂਦਾ ਅਤੇ ਲਗਾਇਆ ਆਉਂਦਾ ਮਦਰ ਉਹਨਾਂ ਨੂੰ ਮਦਰ ਕਰਦੇ ਛੱਡ ਆਉਂਦੇ ਉੱਥੇ ਹਾਂ ਬਾਡਾ ਤਾਂ ਛੱਡ ਜਿਹੜੇ ਬੇਲੀ ਆਏ ਕਿਸੇ ਦੇ ਨਾ ਉਹ ਮੋਟਾ ਗਾਂ ਛੱਡ ਆਉਣ ਅੱਛਾ ਉਹਦਾ ਸਾਦਗੀ ਤਾਂ ਲਗਾਮ ਨਹੀਂ ਪਾਉਂਦੀ ਬਸ ਅਗਾਂਹ ਬਾਰਡਰ ਉਹਦਾ ਰੋੜੂ ਕੋਲ ਆਪਣੇ ਉੱਤੇ ਚੜ੍ਹੀ ਹੋਈ ਉਹਨਾਂ ਦੀ ਉੱਥ ਭਰਨ ਅੱਛਾ ਬਾਬਾ ਜੀ ਇੱਥੇ ਜਦੋਂ ਲੋਟੀ ਪਈ ਹੈ 47 'ਚ ਇੱਥੇ ਲਾਲੇ ਕੇ ਆਪਣੇ ਆਸੇ ਪਾਸੇ ਗਣੀ ਮਾਰਦਾਰ ਕਿਹੜੇ ਜਗ੍ਹਾ 'ਤੇ ਹੋਈ ਹੈ ਕਿਹੜੀ ਕਿਹੜੇ ਪਿੰਡ 'ਚ ਜ਼ਿਆਦਾ ਜ਼ਿਆਦਾ ਪਿੰਡ ਇੱਧਰ ਛਾਕੇ ਹੀ ਉੱਥੇ ਮਰੀਜ਼ ਉੱਥੋਂ ਤਾਂ ਨਿਕਲਣਾ ਨਹੀਂ ਕੋਈ ਨਹੀਂ ਦਿੱਤਾ ਕਿਹੜੀ ਜਗ੍ਹਾ ਤੂੰ ਉਹ ਛਾਕੇ ਹੀ ਹੈ ਲਾਲੇ ਕਿਆਂ ਤੂੰ ਐਂ ਹੈਗਾ ਅੱਛਾ ਉੱਥੇ ਮਰਿਆ ਸ਼ਾਕੀ 'ਚ ਹਾਂ ਉਹਨਾਂ ਨੂੰ ਤਾਂ ਨਿਕਲਣਾ ਨਹੀਂ ਦਿੱਤਾ ਨਾ ਆਪਣੇ ਮੁਸਲਮਾਨ ਸ਼ਹਿਰ ਇਕੱਠੇ ਹੋ ਗਏ ਅਤੇ ਪਿੰਡ ਉਹ ਵੱਡਾ ਸਾਰਾ ਮਾਂ ਸਾਰੇ ਧਾਰੀ ਯਾਦ ਸਾਰੇ ਸਾਰੇ ਘਰ ਸਾਲੇ ਆਏ ਬੰਦਿਆਂ ਦਾ ਕੋਈ ਘਾਟਾ ਸਹੀ ਜਿਹੜੇ ਉੱਥੇ ਲਾਲੇ ਕੇ ਵਾਲੇ ਉਹ ਤਾਂ ਅਮਨ ਨਾਲ ਨਿਕਲ ਗਏ ਹਾਂ ਲਾਲੇ ਕੇ ਕਿਰਾੜ ਆਏ ਉਹਨਾਂ ਨੂੰ ਲਾਲੇ ਕੇ ਆਪ ਹੀ ਕੱਢਾ ਆਪ ਹੀ ਛੱਡ ਆਏ ਉੱਥੇ ਆਪ ਹੀ ਛੱਡ ਠੀਕ ਹੈ ਬੰਦੇ ਬੜੇ ਛੱਡਦੇ ਰਹੇ ਹਾਂ ਉਦਣ ਲੋਟੀ ਪਈ ਹੈ ਤੁਸੀਂ ਕੀ ਸਮਝਦੇ ਆ ਵੀ ਇਹ ਥੋੜ੍ਹੇ ਦਿਨ ਰੋਲਾ ਹੈ ਕਿ ਪੱਕਾ ਪੱਕਾ ਬਾਅਦ 2 ਮੁਲਕ ਬਣ ਗਏ ਨਹੀਂ ਆਉਂਦੇ ਥੋੜ੍ਹੇ ਥੋੜ੍ਹੇ ਦੇ ਅੱਛਾ ਤੁਸੀਂ ਉੱਥੇ ਹੈਗਾ ਕਿਹੜੀ ਕਿਹੜੀ ਜਗ੍ਹਾ 'ਤੇ ਮਾਲ ਚਰਾਉਂਦੇ ਹੈ ਕੋਈ ਯਾਦ ਨਹੀਂ ਕੋਈ ਪਿੰਡ ਕੋਈ ਸ਼ਹਿਰ ਕਿੱਥੇ ਕਿੱਥੇ ਜਾਂਦੇ ਸ਼ਹਿਰ ਜੈਤਪੁਰਾ ਸੋਏ ਅੱਛਾ ਸਹੀ ਮੁੜ ਫਿਰ ਨਿੱਕੇ ਨਿੱਕੇ ਪਿੰਡ ਹੈਗਾ ਅੱਛਾ ਅੱਛਾ ਉੱਥੇ ਮੁੜ ਤੁਸੀਂ ਮਾਲ ਕਿੱਥੇ ਰੋਕਦੇ ਹੈ ਅਤੇ ਖਾਂਦੇ ਪੀਂਦੇ ਕੀ ਹੈ ਤੂੰ ਕਿਵੇਂ ਬਾਜਰੀ ਲੱਭਦੀ ਹੈ ਅੱਛਾ ਜੀ ਕਣਕ ਉੱਥੇ ਘੱਟ ਲੱਭਦੀ ਉਹਦੇ ਹੁਣ ਗਵਾਹੀ ਹੁੰਦੀ ਹੀ ਨਹੀਂ ਹੈ ਸਾਹਮਣੇ ਚੌਥੇ ਤਿਲ ਬਾਜਰੀ ਮੋਠ ਗੁਆਰਾ ਇਹ ਰਲਦੇ ਹੈ ਅੱਛਾ ਇੱਥੇ ਹੁਣ ਆਪਣੇ ਮਤੀਰੇ ਵੇਚਦੇ ਫਿਰਦੇ ਉੱਥੇ ਕੋਈ ਵੇਚਦਾ ਹੀ ਨਹੀਂ ਆ ਤੂੰ ਗਿਆ ਕਿਵੇਂ ਮੀਆਂ
कोई मत एरिया छत एरियो अच्छा ले जाओ पटलो पटलो खड़े ने पटलो ले जाओ ओ खेतर होंदे आ ना तो ही पया होंदा जे ढीमा पई हो सही मोड़ो जड़े बंदे वेत मैया वाले ना ओ उठ ले जानो तरंगो ले जानो ओ किवें मियां कोई मत एरिया पोटा टोटा अच्छा चलो अच्छा ओ त्रंगोट बार लेना ने मई नु कुतर कुतर अच्छा मई उठे ये जा हां सही आया अपने वाले तो अल्लाह पना आले जी ਤੁਸੀਂ ਪਾਣੀ ਕਿਵੇਂ ਕਿੱਥੋਂ ਪੀਂਦੇ ਆ ਜੀ ਜਿਸ ਮਾਲ ਚਰਾਉਂਦੇ ਉਹਦੇ ਪਾਣੀ ਦੀ ਤੁਸੀਂ ਆਨੇ ਕਿੱਲਤ ਹੈ ਪਾਣੀ ਕਿੱਥੋਂ ਪੀਂਦੇ ਜਿਹੜੇ ਮਾਲ ਨਾਲ ਹੁੰਦੇ ਆ ਹਾਂਜੀ ਉਹ ਤਾਂ ਪਾਣੀ ਪੀਂਦੇ ਆ ਨਹੀਂ ਆਦੀਆਂ ਲੋਟਾਂ ਬਣੀਆਂ ਹੋਈ ਹੁੰਦੀਆਂ ਉਹ ਪੋਠੇ ਬਣਦੀਆਂ ਹਨ ਉਹਨਾਂ ਦਾ ਨਿੱਕਾ ਜਿਹਾ ਮੂੰਹ ਹੁੰਦਾ ਅੱਛਾ ਹੁੰਦੀਆਂ ਉਹ ਗੜੇ ਗੜੇ ਦੀਆਂ ਹਾਂਜੀ ਉਹ ਪਾਰ ਲਈਆਂ ਦੋਵੇਂ ਅਤੇ ਖੁਰਜੀ ਬਣੀ ਹੋਈ ਹੋਈ ਉਹ ਗੱਦੇ ਉੱਤੇ ਰੱਖ ਹਾਂਜੀ ਉਹ ਆਦਾ ਜਿਹਦੇ ਮਾਲ ਰਹਿੰਦੇ ਫਿਰੇ ਪੀਂਦੇ ਫਿਰੇ ਮੁੱਕ ਗਿਆ ਤਾਂ ਮੋੜ ਅਗਲੀ ਬੱਸਾਂ 'ਚ ਲੈ ਲਿਆ ਉੱਥੋਂ ਭਰ ਲਿਆ ਹਾਂ ਇਹ ਪਾਣੀ ਪੀਂਦੇ ਆ ਸਹੀ ਅਤੇ ਖੂਹ ਹੁੰਦੇ ਤਿੰਨ ਦੱਸਿਆ ਅੱਗੇ ਉਹ ਖੂਹ 'ਚ ਲਾਂਪ ਹੁੰਦੇ ਦੋ ਕਿੱਲਿਆਂ ਦੀ ਅੱਛਾ 40 ਕਰੇ 50 ਕਰੇ ਕਿਤੇ ਕਿਤੇ ਅਸਲੀ ਅਗਾਂ 6-7 ਹੱਥਾਂ 'ਤੇ ਹੋ ਜਾਣ ਅੱਛਾ ਡੂੰਘੇ ਪਾਣੀ ਹੈ ਹਾਂ ਡੁੱਗਾ ਉਹ ਖੂਹ ਸਾਰਾ ਐਡਾ ਹੁੰਦਾ ਹੈ ਸਹੀ ਹੈ ਅਸੀਂ ਬੰਦਾ ਖੜਾ ਵੜਦਾ ਹੈ ਹਾਂ ਨਿਕਲਦਾ ਹੀ ਖੜਾ ਹੈ ਅੱਛਾ ਇੰਨੇ ਤੰਗ ਇੱਥੇ ਫਾਂਗਾਂ ਬਣੀਆਂ ਹੀ ਆਉਂਦੀਆਂ ਉਹ ਕੱਤ ਲਈਆਂ ਪੱਟਾਂ ਉੱਤੋਂ ਉਹ ਲਾਂ ਨਾਲ ਬੱਚੇ ਹੁੰਦੇ ਨੇ ਉਵੇਂ ਲਾਂ ਨੂੰ ਹੱਥ ਕੱਤ ਲੈ ਖੜਾ ਬਣਦਾ ਜਾਂਦਾ ਸਹੀ ਹੈ ਉਹਨੇ ਜੇਠਾ ਨਿਗਹਿ ਮਾਰੀਏ ਨਾ ਤਾਂ ਤਾਰੇ ਜੇ ਤਾਂ ਪਾਣੀ ਨਹੀਂ ਕਿ ਆਉਂਦਾ ਉਂਝ ਨਹੀਂ ਆਉਂਦਾ ਉਂਝ ਨਹੀਂ ਆਉਂਦਾ ਉੱਤੋਂ ਸਹੀ ਸਾਈ ਲਾਈਏ ਨਾ ਹਾਂਜੀ ਮੁੜ ਹਰ ਸ਼ਹਿ ਵਿੱਚ ਤੁਰੀ ਫਿਰਦੇ ਨੇ ਹਾਂ ਨਜ਼ਰ ਆਉਂਦੀ ਹਾਂ ਠੀਕ ਉਹਦੇ 'ਚ ਵੜਦਾ ਹੀ ਬਾਈ ਕੋਈ ਦਿਲ ਵਾਲਾ ਨਹੀਂ ਤਾਂ ਬੰਦਾ ਕੋਈ ਨਹੀਂ ਹੇਠਲੇ ਜਾਣ ਜਾਣਾ ਬੰਦਾ ਉਸਨੂੰ ਹੇਠਾਂ ਆਇਆ ਤਾਂ ਇੰਨੇ ਉੱਤੇ ਖੜੇ ਬੰਦੇ ਨੂੰ ਡਰ ਲੱਗਦਾ ਵਿੱਚ ਲੱਭਣਾ ਬੜੇ ਤੁਸੀਂ ਤਾਂ ਹੁਣ ਜਾਓ ਖੋ ਵੇਖੋ ਉਹਨਾਂ ਨੂੰ ਬਚ ਜਾ ਸਤਸੰਗ ਨਹੀਂ ਵੇਖਣਾ ਹੀ ਨਹੀਂ ਹਾਂਜੀ ਡਰ ਲੱਗਦਾ ਹਾਂ ਬੜਾ ਡਰ ਲੱਗਦਾ ਹੇਠਾਂ ਹੀ ਨਿਗਹਿ ਮਾਰਦਾ ਤਾਂ ਉੱਥੋਂ ਵਾਲੇ ਬੰਦੇ ਮੁੜੇ ਹੋਏ ਹੁੰਦੇ ਉਹ ਖੂਹ ਆਪਣੇ ਤਰ੍ਹਾਂ ਹੀ ਨਹੀਂ ਖਟਿੰਦੇ ਉੱਤੋਂ ਹੇਠਾਂ ਖੱਟ 'ਤੇ ਲੈ ਜਾਂਦਾ ਅੱਛਾ ਹਾਂ ਜੇ ਤਾਂ ਖੱਟਿਆ ਮੁੜ ਹੋਏ ਤਾਂ ਰੇਤਾ ਹਾਂਜੀ ਮੁੜ ਹੇਠੋਂ ਜਾ ਤਾਂ ਪੱਥਰ ਆ ਜਾਂਦਾ ਮੁੜੋ ਸਬਲਾਂ ਨਾ ਬੰਨ 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 ਅਤੇ ਹੇਠਾਂ ਲੈ ਜਾਂਦਾ ਸਹੀ ਹੈ ਬਾਬਾ ਜੀ ਉਦਣ ਕੋਈ ਸਕੂਲ ਆ ਲਾਲੇ ਕੀ ਜਿਹਦਾ ਲੋਟੀ ਪਈ ਹੈ ਹੈ ਸਕੂਲ ਆ ਲਾਲੇ ਕੀ ਸਕੂਲ ਸਕੂਲ ਹਾਂ अच्छा अब ओले पास होनी खड़ा अच्छा ये उदन भी हां लोटी हां ये उदन है अच्छा अच्छा पुराना ਤੁਸੀਂ ਸਕੂਲ ਨਹੀਂ ਜਾਂਦੇ ਮਾਲਾ ਨਾ ਹੁੰਦਾ ਕਿੱਥੇ ਸਕੂਲ ਲੈ ਸਾਨੂੰ ਜਮਲੇ ਆਂਦਾ ਜਾਂਦਾ ਚੱਲੋ ਬਾਹਰ ਮਗੇ ਤੇ ਉਦੋਂ ਮੁਸਲਮਾਨ ਉਠੀ ਤੇ ਆਏ ਹਾਂ ਉਹਨਾਂ ਦੇ ਕੀ ਹਾਲਾਤ ਹੈ ਜਿਹੜੇ ਆਪਣੇ ਪਿੰਡਾਂ ਪੁੰਡਾਂ ਚ ਇੱਥੇ ਆਏ ਪਹਿਲੂ ਤਾਂ ਉਹਨਾਂ ਦੇ ਭੈੜੀ ਹਾਲਾਤ ਆਏ ਤੇ ਹੁਣ ਸਹੀ ਹੈ ਹਾਂ ਹੁਣ ਤਾਂ ਮੁੜ ਭੈੜੂ ਤਾਂ ਉਹਨਾਂ ਕੋਲ ਸਹੀ ਕਹਿਣੀ ਹੈ ਜਿੰਦੂ ਆਏ ਹਾਂ ਹੱਥੜ ਮੁੱਥੜ ਆਏ ਹਾਂ ਮਾਲ ਮੁਲ ਕਿਸੇ ਦਾ ਨਾ ਢੋਰ ਨਾ ਠੰਡ ਛੜੇ ਬੰਦੇ ਆਏ ਇਸ ਹਾਲਾਤ ਨੂੰ ਮੰਨਦੇ ਅਪੜੇ ਹੋਇਆ ਬਾਲ ਮਰ ਸਮਾਣੀਆਂ ਮਰ ਗਈਆਂ ਨੇ ਜੇ ਇੱਕ ਅੱਧਾ ਬਾਲ ਉਹ ਐਡਾ ਲੱਗੇ ਹੋਏ ਜਿੱਥੇ ਰਾਤ ਰਹਿੰਦੇ ਉੱਥੇ ਛੱਡਦੇ ਚੱਲਾਂਗੇ ਇੱਕ ਇਹਨਾਂ ਲਾਲੇ ਕਹਿ ਬਾਲੀ ਆਏ ਸ਼ਾਹ ਸਵਾਲ ਅੱਛਾ ਉਹ ਤਾਂ ਬਾਈ ਅਸੀਂ ਰੱਖੇ ਜਿਵੇਂ ਧੀਆਂ ਨੂੰ ਸਭ ਮਰਦਿਆਂ ਦਾ ਹੀ ਉਸ ਕਾਕੇ ਤੋਂ ਸਲਾਹ ਪੁੱਛਣੀ ਆਹ ਕੰਮ ਬੱਚਾ ਮੈਂ ਕਰੂੰ ਆਹ ਕਰ ਹੁਣ ਮਾਰ ਗਿਆ ਉਹ ਬੈਠੀ ਆ ਜਾਣੀ ਅੱਛਾ ਉਹ ਇਵੇਂ ਕੋਈ ਛੱਡ ਗਿਆ ਆ ਕੋਈ ਉਹ ਗਿਆ ਅੱਲਾ ਜਾਣੇ ਕਿਦੋਂ ਅੱਛਾ ਪਿਛੋਂ ਬਾਹਰ ਤੇ ਆਇਆ ਉਹਨਾਂ ਪਾੜ ਲਈ ਹਾਂ ਉਸ ਪਾ ਗਈ ਐਡੀ ਸਾਰੀ ਅੱਛਾ ਅੱਛਾ ਅਤੇ ਇੱਕ ਵਾਡਾ ਅਤੇ ਖੋਖਰਾਂ ਦਾ ਇਹ ਚੱਕ ਇੱਕ ਉੱਥੇ ਬੰਦਾ ਛੱਡ ਗਿਆ ਅੱਛਾ ਉਹ ਛੋੜਦਾ ਵੀ ਬਾਈ ਉਸ ਖੋਖਰ ਬੜਾ ਕਦਰ ਰੱਖ ਉਹ ਖੋਖਰ ਆ ਜਿਹੜਾ ਨਾ ਉਸ ਤੋਂ ਉਹਨਾਂ ਦੀ ਬਿਰਾਦਰੀ ਆਈ ਪਿਛਾਂ ਕੋਟ ਕਮਾ ਲਈਏ ਉਹਨਾਂ ਮੰਗੀ ਉਸ ਕਮਾਇਆ ਨਹੀਂ ਅੱਛਾ ਉਹਦੇ ਦੋਵੇਂ ਪੋਤਰਾ ਹੈ ਦੋਵੇਂ ਪੜ੍ਹਨੇ ਹੋਏ ਉਸ ਅਖੀਰ 'ਤੇ
ਮੰਗ ਮੰਗ ਤਾਂ ਸਾਰੀ ਬਿਆਲ 'ਚ ਉਹ ਸਾਕ ਮੈਂ ਦੇਣੀ ਹੀ ਨਹੀਂ ਆਦੀ ਬਤਰੀਤ ਤਾਂ ਸੌਕਣ 'ਚ ਕੱਟੀ ਆ ਹੁਣ ਵੀ ਜਿਹਦੀ ਕਾਰੋਬਾਰ ਸਾਰਾ ਉਹਦੇ ਹੱਥ 'ਚ ਹੈ ਉਹਨਾਂ ਦੇ ਘਰ 'ਚ ਬੜੀ ਗੱਲ ਹੈ ਜੀ ਬੜੀ ਗੱਲ ਹਾਂ ਮੀਆਂ ਬੰਦੇ ਪਾਲਦੇ ਵੀ ਰਹੇ ਨੇ ਵੱਡੇ ਵੱਡੇ ਬੰਦੇ ਪਾਲਦੇ ਰਹੇ ਵੇਖੋ ਬੰਦੇ ਮਾਰਨ ਵਾਲੇ ਵੀ ਬੰਦੇ ਹੈ ਅਤੇ ਉਹਨਾਂ ਦੀ ਮਦਦ ਕਰਨ ਵਾਲੇ ਪਾਲਣ ਵਾਲੇ ਉਹ ਵੀ ਬੰਦੇ ਹੈ ਭੁੱਖ ਮਰਦੇ ਛੱਡ ਜਾਂਦੇ ਆਗੂ ਤਾਂ ਸ਼ੈਕਾਂ ਨਹੀਂ ਕੌਣ ਦਿੰਦਾ ਮੁੜ ਕਿਹੜੇ ਸਾਹਮਣੇ 'ਚ ਆ ਗਿਆ ਜੀ ਇੱਦੇ ਇੱਦੇ ਹੁਣ ਸਾਡੇ ਤਾਂ ਜਿਹੜੇ ਉਦਲੇ ਨੂੰ ਤਾਂ ਉਦੇ ਰਹਿ ਗਏ ਦੋਵੇਂ ਆ ਸਾਰੇ ਲਾਲੇ ਕਿਉਂ ਕੋਲ ਤੇ ਮਮੂਦਪੁਰ ਅੱਛਾ ਜਿਹੜੇ ਲਾਲੇ ਕਹਿ ਤੂੰ ਪਰਾਂ ਬੈਠੇ ਨੇ ਉਹ ਉਦੇ ਨਹੀਂ ਗਏ ਉਹ ਸਾਡੀ ਬਿਰਾਦਰੀ ਇੱਥੇ ਹੀ ਰਹਿੰਦੀ ਹੈ ਉਦੇ ਉਹ ਨਹੀਂ ਜਾਂਦੇ ਉਹਨਾਂ ਕੋਲ ਮਹੀਂ ਆਈਆਂ ਉਹ ਦਰਿਆ 'ਤੇ ਰਹਿੰਦੇ ਹੁਣੀ ਉਹ ਦਰਿਆ 'ਤੇ ਬੈਠੇ ਉਹ ਪੀਤ ਪਾ ਲੈਣ ਬਾਵੇਂ ਹਿੰਦੂ ਨਾ ਤੇਰੇ ਨਾਲ ਉਹਨਾਂ ਦਾ ਬਿਲੱਪਾ ਉਹ ਤੋੜ ਤਾਂ ਹੀ ਲੈ ਜਾ ਉਹਨਾਂ ਨੇ ਵੀ ਘਾਟਾ ਚੱਲਦੇ ਆਸਣ ਵੀਰ ਉਹਨਾਂ ਬਿਲੱਪਾ ਨਹੀਂ ਚੜ ਇੱਥੇ ਤਾਂ ਬਣੇ ਬੇਲੀ ਦੇ ਯਾਰ ਦੇ ਲੈਂਦੇ ਗਏ ਬੇਲੀ ਬਣਦੇ ਹਾਂ ਉਹਨਾਂ ਦੀ ਇਹ ਗੱਲ ਉਹਨਾਂ ਮੁਸਲਮਾਨਾਂ ਦੀ ਉਹਦੇ ਮਦਦ ਕੀਤੀ ਉਸ ਹਿੰਦੂਆਂ ਨੇ ਜਿਹੜੇ ਮੁਸਲਮਾਨ ਉੱਥੇ ਬੈਠੇ ਜਿਹਨਾਂ ਨੂੰ ਲੋਟੀ ਪਈ ਹੈ ਹਾਂ 47 'ਚ ਹਾਂ ਉਹਨਾਂ ਵੀ ਮਦਦ ਕੀਤੀ ਉਸ ਕਈ ਮੁਸਲਮਾਨਾਂ ਨੂੰ ਬਚਾਇਆ ਉਸ ਛੱਡਾ ਉਸ ਹਾਂ ਜਿਹੜੇ ਬੀਕਾਨੇਰ ਦੀ ਰਿਆਸਤ ਹੈ ਨਾ ਆਪਣੀ ਜਿਵੇਂ ਹੁਣ ਬਹਾਵਲਪੁਰ ਰਿਆਸਤ ਵੱਖਰੀ ਬੀਕਾਨੇਰ ਵੱਖਰਾ ਹੈ ਅੰਗਰੇਜ਼ੀ ਵੱਖਰੀ ਇਹ ਮਾਰ ਕੁਟਾਈ ਅੰਗਰੇਜ਼ੀ ਵਾਲੇ ਕਰਦੇ ਰਹਿਣ ਜਾਂ ਜਿਹੜੇ ਇੱਦੇ ਬੈਠੇ ਆ ਨਾ ਬੀਕਾਨੇਰ ਨੇ ਸਿੱਖ ਅੱਗੇ ਦੇ ਉਹ ਕਰਦੇ ਰਹਿਣ ਜਿਹੜੇ ਠਾਕਾ ਰਹਿਣ ਨਾ ਉਹਨਾਂ ਦਾ ਨੇੜੇ ਹੀ ਨਹੀਂ ਲੱਗਣ ਦਿੱਤਾ ਮੁਸਲਮਾਨਾਂ ਨੂੰ ਉਹਨਾਂ ਤੋਂ ਪੁੱਛਣ ਨਹੀਂ ਦਿੱਤਾ ਠੀਕ ਹੈ ਉਹ ਮੁੰਡੇ ਕਾਂ ਉਹ ਤੇਰੀ ਉਮਰਾਂ ਦਾ ਉਸ ਐਲਾਨ ਕੀਤਾ ਬਈ ਜਿਹੜੇ ਮੁਸਲਮਾਨ ਮਾਲਾਂ ਵਾਲੇ ਇਹਨਾਂ ਮੇਰੇ ਕੋਲ ਆ ਜਾਣ ਉਹ ਬੀਕਾਨੇਰ ਦੇ ਨਾਲ ਆ ਉਹ ਪਿੰਡ ਦੇ ਨਾਂ ਸਤਾਈਆਂ ਹਾਂ ਉਸ ਮੁੜ ਕੀ ਕੰਮ ਕੀਤਾ ਨੌਕਰ ਬਣਾਏ ਹੋਇਆ ਬਹਿਣੀਆਂ ਲੱਗ ਗਈਆਂ ਬੱਸਾਂ ਦੇ ਪਾਸਿਆਂ ਉਹ ਉੱਤੇ ਉੱਤੇ ਟੁਰਦੇ ਆ ਪਹਿਰਾ ਦਿੰਦੇ ਆਪ ਹੇਠ ਟੁਰਦਾ ਬੰਦਿਆਂ ਆਖਿਆ ਬਈ ਤੂੰ ਸਾਰੀ ਰਾਤ 'ਚ ਤੂੰ ਕਿਉਂ ਟੁਰਨਾ ਉਸ ਅੱਗੇ ਤੁਹਾਨੂੰ ਕੀ ਪਤਾ ਗਰਮੀ ਹੈ ਬੇਟੀਆਂ ਸੁੱਤੀਆਂ ਪਈਆਂ ਨੇ ਕਿਸੇ ਦਾ ਕੱਪੜਾ ਲੈ ਜਾਂਦਾ ਹੈ ਉਹਨਾਂ ਨੂੰ ਕੋਈ ਦਰਦ ਉਹ ਤਾਂ ਨੌਕਰ ਹੈ ਸਹੀ ਹੈ ਮੈਂ ਟੁਰਨਾ ਉਹ ਹੈਗਾ ਨਾ ਮੈਂ ਮੈਂ ਆਪ ਵਿਚਾਰ 'ਚ ਫੇਰੇ ਸਾਰੀ ਰਾਤ ਠੀਕ ਹੈ ਉਹ ਬੰਦੇ ਇਹ ਜਮਾਤ ਉਹਦਾ ਨਾਮ ਦਾ ਨਹੀਂ ਪਤਾ ਜੀ ਉਹਦਾ ਨਾਮ ਕੀ ਆ ਉਹਦਾ ਨਾਂ ਦਾ ਮੈਂ ਨਹੀਂ ਪਤਾ ਅੱਛਾ ਨਾਮ ਦਾ ਨਹੀਂ ਪਤਾ ਠੀਕ ਉਹ ਪਾਸਾ ਹੈ ਆਪਣੇ ਨਾਲੋਂ ਜਿਹੜਾ ਬੀਕਾਨੇਰ ਹੈ ਨਾ ਉਹ ਆਪਣੇ ਨਾਲੋਂ ਚੰਗਾ ਹੈ ਚੋਰੀ ਨਹੀਂ ਯਾਰੀ ਨਹੀਂ ਕੁਛ ਨਹੀਂ ਅਤੇ ਇੱਕ ਦੂਜੇ ਨਾਲ ਬਿਰਾਵਾਂ ਤਰ੍ਹਾਂ ਤੁਰਨਾ ਬਿਰਾਵਾਂ ਤਰ੍ਹਾਂ ਹਾਂ ਬਿਲਕੁਲ ਉਹ ਮੇਰੇ ਜਿਹੜੇ ਆਪਣੇ ਰਿਸ਼ਤੇਦਾਰ ਉਹਦੇ ਬੈਠੇ ਨੂੰ ਆਉਂਦੇ ਜਾਂਦੇ ਨੇ ਜੀ ਆਪਣੇ ਕੋਲ ਆਉਂਦੇ ਅੱਛਾ ਪਰਮਾਟ ਤੇ ਆਉਂਦੇ ਅੱਛਾ ਉਹ ਮੇਰੀ ਫੁਫੇਰ ਦੇ ਪੁੱਤਰ ਹੈ ਅੱਛਾ ਉਹ ਆਉਂਦਾ ਹੈ ਉਹ ਇੱਕੋ ਹੈ ਅੱਛਾ ਅੱਛਾ ਉਹ ਆਉਂਦੇ ਨੇ ਹਾਂ ਅਗਾ ਉਹਦਾ ਇੱਕੋ ਹੈ ਅੱਛਾ ਅੱਛਾ ਅਗਾ ਉਹਨਾਂ ਦੇ ਬੇਟਾ ਇੱਕ ਹੈ ਹਾਂ ਠੀਕ ਉਹ ਆਉਂਦਾ ਹੈ ਉਸ 5 ਸਾਲਾਂ ਦਾ ਪਰਮਾਟ ਕਟਾਇਆ ਹੋਇਆ ਠੀਕ ਹੈ ਆਹੋ ਤੂੰ 3 ਮਹੀਨੇ 4 ਮਹੀਨੇ ਆਉਣਾ ਚੱਕਰ ਲਾ ਜਾਂਦਾ ਹਾਂ ਉਹ ਰਿਸ਼ਤੇਦਾਰ ਆ ਉਹਦੇ ਬੈਠੇ ਮੱਥਰ ਮਰੇ ਅੱਛਾ ਅੱਛਾ ਉੱਥੇ ਵੀ ਆਉਂਦੇ ਨੂੰ ਹਾਂ ਉੱਥੇ ਆਉਂਦਾ ਮੁੜ ਅਗਾਂ ਇੱਥੇ ਮੇਰੇ ਕੋਲ ਹੀ ਆਉਣ ਅੱਛਾ ਇੱਥੇ ਵੀ ਆਉਂਦੇ ਉਹ ਉੱਥੇ ਵਾਹੀ ਜੁੱਤੀ ਕਰਦੇ ਨੇ ਜੀ ਅਨੋਪਗੜੇ 'ਚ ਹੁਣ ਵਾਹੀ ਉਹ ਆਪ ਤਾਂ ਨਹੀਂ ਕਰਦੇ ਠੇਕੇ 'ਤੇ ਪਹੁੰਚ ਦਿੱਤੀ ਹੋਈ ਨੇ ਅੱਛਾ ਆਦੀ ਜ਼ਮੀਨ ਇਹਨੇ ਠੇਕੇ 'ਤੇ ਦੇ ਦਿੱਤੀ ਹਾਂ ਜਿਹੜੀ ਖਰੀਦੀ ਆ ਉਹਨੇ ਠੇਕਿਆਂ 'ਤੇ ਦਿੱਤੀ ਹੋਈ ਨੇ ਮੁਸਲਮਾਨ ਆਪੋ ਤੈਨੂੰ ਦੱਸਿਆ ਵੀ ਸਾਨੂੰ ਵੱਲ ਨਹੀਂ ਕੋਈ ਵਾਈ ਦਾ ਪਤਾ ਹੀ ਕੋਈ ਨਹੀਂ ਕਿਵੇਂ ਰਲਦੇ ਕਿਵੇਂ ਹਾਂਜੀ ਕੀਤੀ ਨਹੀਂ ਹਾਂ ਠੀਕ ਹੈ ਸਾਡੇ ਹੁਣ ਅਸੀਂ ਮੇਰਾ ਚਾਚੇ ਪਿਓ 4 ਬਿਰਾ ਹਾਂਜੀ ਸਾਡੇ ਕੋਲ 1000 ਗਾਂ ਅੱਛਾ ਅੱਛਾ
ਠੀਕ ਹੈ, ਸਾਨੂੰ ਪਤਾ ਹੀ ਕੋਈ ਨਹੀਂ। ਬਸ ਉਹ ਇੱਕ ਸਾਡਾ ਪਿਓ ਘਰੇ ਰਹਿੰਦਾ, ਡੁਬਿਆ ਦਾ ਮਾਲ ਮਗੇ। ਸਹੀ ਹੈ, ਠੀਕ। ਉਹਦਾ ਬਾਬਾ ਜੀ ਮੁੜ ਦੁੱਧ 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 ਨਹੀਂ ਵਿਕਦਾ, ਮੁੜ ਉਹਦਾ ਮੱਖਣ ਬਣਾਉਂਦੇ। ਹਾਂ, ਮੱਖਣ ਬਣਾ ਦੇ ਤਾਂ ਘਿਓ ਵਿਕਦਾ। ਹਾਂ, ਵੇਚਦਾ ਉਸ 12 ਰੁਪਈਏ, ਪਹਿਲੂ ਤਾਂ 6 ਰੁਪਈਏ। ਅੱਛਾ ਜੀ, ਮੁੜ 12 ਰੁਪਈਏ ਵਿਕਦਾ, ਮੁੜ ਅਗਾਂਹ ਚੜ੍ਹਦਾ ਆਇਆ। ਠੀਕ ਹੈ, ਮੁੜ ਇੱਥੇ ਆਪਣੇ 15-16 ਅਤੇ ਉੱਥੇ 50 ਰੁਪਈਏ ਕਿਲੋ। ਸਹੀ ਹੈ, ਉਹ ਮੁੜ ਰਿੜਕਦੇ ਆ, ਚੌਲ ਲੈਣੇ ਤਾਂ ਜਮਾਵਣਾ ਅਤੇ ਰਿੜਕਣਾ, ਮੁੜ ਉਹ ਵੇਚਣਾ। ਸਹੀ ਹੈ, ਉਹ ਜਿਹੜੇ ਫੁਫੇਰ ਕੋਲ ਮੈਂ ਰਹਿੰਦਾ ਨਾ, ਉਹਦਾ ਰੋਜ਼ ਦਾ 1.25 ਪੀਪਾ ਗਿਓ ਦਾ ਨਿਕਲਦਾ। ਅੱਛਾ, ਰੋਜ਼ ਦਾ? ਰੋਜ਼ ਉਹਦੇ ਕੋਲ ਗਾਂ 3-4 ਹਜ਼ਾਰ ਆ। ਅੱਛਾ ਅੱਛਾ, ਠੀਕ। ਅਤੇ ਮਾਲ ਨੂੰ ਉੱਥੇ ਪੱਠਾ ਖਾਣਾ ਨੇ, ਚਰਾਣੀਆਂ ਨੇ ਬਾਹਰ ਹੈ ਚਰਾਵਣ ਤੋਂ ਬਾਹਰ ਵੀ ਆਬਾਨ ਮੱਥੇ ਨਹੀਂ ਬਣਦਾ ਲੱਗ। ਹਾਂਜੀ, ਹੁਣ ਆ ਗਈਆਂ ਵੱਡਣਾ, ਚੌਲ ਜਾਂ ਸਾਰਾ ਤਾਂ ਬੈਠੀਆਂ ਨੇ, ਨਿਮਾਸ਼ੀ ਉੱਠੇਗੀ। ਮਗਰ ਇੱਕ ਦੋ ਲੱਗ ਕੇ ਵਿਗਾੜਾਂ ਦਾ ਧਿਆਨ ਕਰਨਾ ਪਾਉਣਾ, ਬਸ ਵਿਗਾੜ ਉੱਥੇ ਗਾਂ ਹੀ ਮਾਰਦੇ, ਭੇਡ ਨੂੰ ਉਹ ਪੁੱਛਦਾ ਹੀ ਨਹੀਂ। ਅੱਛਾ, ਭੇਡ ਨੂੰ ਨਹੀਂ ਪਕੜਦੇ? ਹਾਂ, ਨੇੜੇ ਹੀ ਨਹੀਂ। ਅੱਛਾ ਅੱਛਾ, ਅਤੇ ਗਾਂ ਹੀ, ਗਾਂ ਹੀ ਨੂੰ ਉਹ ਮੁੜ ਗਾਂ ਹੀ ਡਰਦੀ ਆ, ਅਬਲ ਤੋਂ ਗਾਂ ਹੀ ਮਾਰਨ ਨਹੀਂ ਦਿੰਦੀ। ਹਾਂਜੀ, ਅਤੇ ਜਿਹੜੇ ਮਗਰ ਹੁੰਦਾ ਉਹ ਮੁੜ ਉਹਨਾਂ ਨੂੰ ਪਤਾ ਲੱਗ ਜਾਂਦਾ, ਉਹ ਲੱਲ ਕਰਦਾ ਬਾਜ ਬੁਜ ਜਾਂਦੇ। ਅਤੇ ਜਿਹੜੇ ਹਿੰਦੂ ਆਏ ਇਹ ਗਾਂ ਦਾ ਬੜਾ ਪੁੰਨ ਕਰਦੇ ਨੇ, ਗਾਂ ਤਾਂ ਇਹਨਾਂ ਨੂੰ ਐਂ ਹੈ ਨਾ ਜਿਵੇਂ ਉਹਨਾਂ ਦੀ ਮਾਂ ਹੈ। ਹਾਂਜੀ, ਮੁਕੱਦਸ ਸ਼ੈ ਹੈ ਜੀ। ਉਹ ਮੁੜ ਲੱਗ ਜਾਂਦਾ, ਉੱਠਾਂ 'ਤੇ ਚਾੜ ਕੇ ਪਾਣੀ ਨਾਲ ਲੈ ਲਿਆ, ਰੋਟੀਆਂ ਪਕਾ ਤੇ ਨਾਲ ਲੈ ਲਈਆਂ, ਆਟਾ ਹੀ ਲੈ ਲਿਆ ਕਈਆਂ। ਅੱਛਾ, ਖੁਰੇ ਘੱਟ ਘੱਟ ਅਤੇ ਉਹਨਾਂ ਦੀਆਂ ਖੁੱਡਾਂ ਪਟਣੀਆਂ, ਉਹਨਾਂ ਨੂੰ ਮਾਰਨਾ, ਵਿਗਾੜਨ, ਹਵਾਂ ਦਾ ਗਊ ਨੂੰ ਖਾਂਦੇ। ਸਹੀ ਹੈ, ਸਾਡੀ ਮਾਂ ਮਾਤਾ ਹੈ। ਠੀਕ ਠੀਕ, ਇਹ ਹੁਣ ਤਾਂ ਮੀਆਂ ਕੋਈ ਜ਼ਮਾਨਾ ਹੀ ਨਹੀਂ ਰਹੇ। ਤੁਸੀਂ ਤੁਸੀਂ ਜਾਂਦੇ ਆ ਜੀ ਉਹਦੇ ਅਨੋਪਗੜ੍ਹ 'ਚ ਜਾਂ ਇੱਥੇ ਵੀ, ਤੁਹਾਡਾ ਕੋਈ ਹਿੰਦੂ ਜਾਂ ਕੋਈ ਸਿੱਖ ਬੇਲੀ ਬਣਾ ਕਿ ਨਹੀਂ ਜੀ? ਜਿਹਨਾਂ ਕੋਈ ਹਿੰਦੂ ਜਾਂ ਸਿੱਖ ਤੁਹਾਡਾ ਬੇਲੀ ਬਣਾ ਜੀ ਕਿ ਨਹੀਂ? ਹਿੰਦੂ ਉੱਥੇ ਵਾਲੇ ਸਾਰੇ ਹੀ ਬੇਲੀ ਆਏ, ਮੈਂ ਰਲ ਕੇ ਤਾਂ ਤੁਰਦੇ ਆਏ, ਜਿਵੇਂ ਇੱਥੇ ਆਪਾਂ ਤੁਰੇ ਫਿਰਨੇ। ਅੱਛਾ ਅੱਛਾ, ਉਹਨਾਂ ਦਾ ਕੋਈ ਅੱਲਾ ਤਾਂ ਕੋਈ ਨਹੀਂ ਆ, ਰਲ ਤਾਂ ਤੁਰਦੇ ਨੇ ਹਰ ਦੇ ਰਾਤ। ਠੀਕ ਹੈ, ਉਹਨੇ ਕਦਰ ਕਰਦੇ ਨੇ ਉਹ ਜਿਹੜੇ ਬੀਕਾਨੇਰ ਵਾਲੇ ਨਾ, ਉਹ ਸਾਰੇ ਠਾਕਾ ਰਹੇ ਨੇ, ਉਹਦੇ ਸਿੱਖ ਕੋਈ ਨਹੀਂ। ਅੱਛਾ, ਸਭ ਠਾਕੁਰ ਆ, ਤੁਹਾਡੇ ਰੰਗੇ ਜਿਹੜੇ ਨੇ ਉਹ ਸਾਡੇ ਛੋਰਾਂ ਨਾਲ ਸਭੀਆਂ ਘਰ ਤੇ ਤੁਰੇ ਪਏ। ਉਹਨਾਂ ਨੇ ਕੋਈ ਨਹੀਂ ਬੈਠ, ਉਹ ਕੋਈ ਨਹੀਂ ਬੈਠ ਕੋਈ, ਤੇ ਹੁਣ ਤੋਂ ਆਉਂਦੇ ਨੇ ਯਾਰ, ਨਾ ਤੁਸੀਂ ਗਊ ਖਾਓ ਤੇ ਬਾਹਰਲੀ ਸ਼ਾਇ ਅਸੀਂ ਨਹੀਂ ਖਾਂਦੇ, ਆਪਾਂ ਭਾਵੇਂ ਰਲ ਤੇ ਖਾਧੀ ਰੱਖੀ ਕੁਝ ਨਹੀਂ। ਇੱਕ ਮੇਰਾ ਬੇਲੀ ਬਣਿਆ ਸੂਬੇਦਾਰ ਆ, ਆਪਾਂ ਤਾਂ ਹਵਾਲਦਾਰ ਸਦਨੇ ਆ, ਉਹ ਸੂਬੇਦਾਰ, ਉਹਦੇ ਨਾਂ ਫੂਲ ਸਿੰਘ। ਫੂਲ ਸਿੰਘ? ਹਾਂ। ਅੱਛਾ, ਸਿੱਖ ਆ? ਹੈ, ਸਿੱਖ ਆ? ਹਾਂ, ਨਹੀਂ ਉਹ ਠਾਕੁਰ ਆ। ਠਾਕੁਰ? ਅੱਛਾ, ਹਾਂ। ਮੁੜੇ ਘਰ ਸਾਨੂੰ ਦਰਿਆਈ ਪੈ, ਪਾਣੀ ਨਾ ਲੱਭ। ਅੱਛਾ, ਮਾਲ ਖੂਹਾਂ 'ਤੇ ਪੀ ਚੜਨਾ। ਹਾਂਜੀ, ਉਹਨੂੰ ਮੈਂ ਕਿਹਾ ਯਾਰ ਵੱਗ ਮਰਦਾ, ਪਾਣੀ ਨਹੀਂ ਲੱਭਦਾ, ਪਾਣੀ ਨਹੀਂ ਲੱਭਦਾ। ਉਸ ਆਖੇ ਯਾਰ ਆਪਾਂ ਆਖੇ ਚੱਲਣੇ ਆ ਚੌਕੀ 'ਤੇ। ਹਾਂਜੀ, ਮੈਂ ਕਿਹਾ ਇੱਕ ਇੱਥੇ ਟੋਬੀ ਹੈ ਨਾਲ ਅਤੇ ਪਰੂ ਉਹਨਾਂ ਦਾ ਵਾਟੋ ਰਾਣਾ। ਅੱਛਾ, ਉੱਥੋਂ ਪਾਣੀ ਮੰਗ ਅਤੇ ਲਗਾ ਅਤੇ ਉਹ ਟੋਬੀ ਪਾਰ ਲਈ ਸਾਂ, 2-4 ਦਿਨ ਤਾਂ ਲੱਗ ਜਾਏ। 2-4 ਦਿਨ? ਉਸ ਆਖੇ ਚੱਲਣੀ, ਉੱਥੋਂ ਟੁਰ ਪਏ ਝੰਡੀਆਂ, ਉੱਥੋਂ ਇੱਥੋਂ ਕੁੱਤੀਆਂ ਨੇ। ਉਹ ਜਿਹੜਾ ਆਪਣਾ ਇੱਦੋਂ ਦਾ ਥਾਣੇਦਾਰ ਆ ਨਾ, ਹਾਂਜੀ, ਉਹ ਆ ਉਹਨੇ ਨਾ ਪਾਸ਼ਾ ਅਤੇ ਆ ਸਾਈਓ। ਅੱਛਾ, ਅਤੇ ਬੁਰਾ ਕਿਸੇ ਗੁਲਾਮ ਦਾ, ਠੀਕ, ਉਹਦਾ ਰੰਗਾ ਬੁਰਾ ਬੰਦਾ ਵੇਖਣਾ ਨਹੀਂ। ਸਹੀ, ਸਿਰ ਕੱਟ ਉਸ ਵੱਡੇ ਲਾਮ ਨੇ, ਉਸ ਸਿਰ ਕੱਟ 'ਚ ਸਿਰ ਕੱਟ ਲਾਈ। ਅੱਛਾ, ਸਾਰਾ ਦਿਨ ਪੀਤੀ ਰਹੇ ਅਤੇ ਡਰਦਾ ਡੁਰਦਾ ਤਾਂ ਆ ਹੀ ਕੋਈ, ਉਹ ਖੋਖਰਾਂ ਵਾਲੀ ਚੌਕੀ 'ਤੇ ਉਹ ਹੋਵੇ ਅਤੇ ਹਾਏ ਉਹ ਹਿੱਕੇ ਚੱਕਦੇ, ਉਹ ਠਾਕੁਰ ਵੀ ਅਤੇ ਪਾਸ਼ਾ। ਅੱਛਾ, ਇੱਕੇ ਪਿੰਡ ਦੇ? ਇੱਕੇ ਪਿੰਡ ਦੇ, ਅਤੇ ਰਾਤ ਤਾਂ ਫੜਦੇ ਰਹੇ। ਅੱਛਾ,
ਉਹ ਤਾਂ ਜਾਂ ਇੱਕ ਦੂਜੇ ਦੇ ਠੰਡੋ ਨਾ ਥੱਬੇ ਦੇ ਗੱਤੇ ਤੋਂ ਰੁਆਟ ਤੇ ਤਮਾ ਇਹ ਪਾਣੀ ਚੰਗਾ ਨਹੀਂ ਆ ਬਈ ਇਹ ਤਾਂ ਜਮਾ ਜਾਮ ਨਹੀਂ ਹੋਈ ਖੜੀ ਅੱਛਾ ਜੀ ਉਹ ਜਿਸੇ ਖੋਰ ਹੈ ਤੋ ਸਕੋ ਹੁਕਮ ਕਰ ਅਗੇ ਗਾਈ ਮਰਦੀਆਂ ਨੇ ਮੇਰੀਆਂ ਤਾਂ ਅੱਛਾ ਆਹ ਬੰਦਾ ਮੇਰਾ ਭਾਈ ਬਣਿਆ ਹੋਇਆ ਇਹਦੀਆਂ ਗਾਈ ਮਰ ਉਹਦਾ ਕਿ ਬੰਦਾ ਬਜਾਓ ਤਾਂ ਲਾਇਆ ਛੇ ਮਹੀਨੇ ਸਾਟ ਕੇ ਤੂੰ ਗਾਈ ਪੀਂਦੀ ਰਹੀ ਅੱਛਾ ਹਾਂ ਉਹਦਾ ਕਿ ਤੁਹਾਡਾ ਬੰਦਾ ਹੈਗਾ ਨਾ ਬੰਦੇ ਮੇਰੇ ਇੱਥੋਂ ਉਠਾ ਦਿੱਤੀਆਂ ਕਰ ਠੀਕ ਹੈ ਅਤੇ ਹਲਾਈਂਦਾ ਤੁਹਾਡੀਆਂ ਨੂੰ ਹੈ ਕੋਈ ਅੱਛਾ ਪਾਣੀ ਪਾਣੀ ਸਾਦਗੀ ਜੋ ਪੀ ਤਾਂ ਵਾਪਸ ਚਲੀਆਂ ਜਾਂਦੀਆਂ ਹਾਂ ਪਰ ਮੁੜੋ ਤੂੰ ਨਾਲ ਹੀ ਸਾਦਗੀ ਇੱਦਾਂ ਬਾਅਦ ਜਿਵੇਂ ਆਪਾਂ ਨੂੰ ਗਵਾਂਢ ਪਵੇ ਅੱਛਾ ਅੱਛਾ ਉੱਥੇ ਪਾਣੀ ਪੀ ਤਾਂ ਬੈਠੀਆਂ ਰਹਿੰਦੀਆਂ ਡੀਗੇ ਰੇਲੇ ਉੱਠੀ ਜਾਣ ਠੀਕ ਅਗਾਂ ਛੇੜੂ ਬੈਠੇ ਹੁੰਦੇ ਉਹ ਮਗਰ ਲਾ ਕੇ ਸਹੀ ਮੁੜੋ ਫੂਲ ਸਿੰਘ ਨੇ ਮਦਦ ਕੀਤੀ ਤੁਹਾਡੀ ਹੈ ਫੂਲ ਸਿੰਘ ਨੇ ਸਾਥ ਦਿੱਤਾ ਤੁਹਾਡਾ ਇਹ ਪਾਣੀ ਪਵਾਉਣ ਬਾਰੋਂ ਹਾਂ ਹਾਂਜੀ ਸਾਨੂੰ ਕਿਸੇ ਨੇ ਪੁੱਛਿਆ ਜੇ ਇੱਥੇ ਦੇ ਪਾਸ਼ਾ ਤਾਂ ਉਹ ਰਹੇ ਨਾ ਹਾਂ ਮੁੜ ਪੁੱਛੇ ਨਹੀਂ ਲੱਗ ਜਾਂਦੀ ਹੋਰਾਂ ਦਵਾਈਆਂ ਉਜਾੜ ਜਾਂਦੀ ਤਾਂ ਵੀ ਕੋਈ ਨਹੀਂ ਪੁੱਛਿਆ ਬਿੱਲੀ ਬਣ ਗਏ ਉਹ ਆਂਦੇ ਅੱਟ ਗਈਆਂ ਹੁਣ ਅਸੀਂ ਇੱਥੇ ਕੀ ਕਰ ਯਾਰ ਤੁਸੀਂ ਫੜ ਲਓ ਆਹੋ ਅੱਟ ਗਈਆਂ ਫੜੀਆਂ ਉਹ ਨਹੀਂ ਯਾ ਬੰਦਾ ਡਿੱਟਾ ਅੱਟ ਗਿਆ ਉਹ ਬਾਜ ਗਈਆਂ ਬੰਦਾ ਨਹੀਂ ਉਹ ਵੜਨ ਦਿੰਦੀਆਂ ਗਾਂ ਹਾਂ ਨੇੜੇ ਨਹੀਂ ਆਉਣ ਦਿੰਦੇ ਹਾਂ ਜਿਹੜੇ ਆਦੇ ਸਾਈ ਨੂੰ ਵੜ ਦੇਣ ਤੋਂ ਉਹ ਬੰਦੇ ਨਹੀਂ ਵੜਨ ਸਹੀ ਗਲ ਪੈ ਜਾਣ ਮੁੜ ਜਿੱਦਾਂ ਦਾ ਬਾਬਾ ਜੀ ਤੁਸੀਂ ਉਦੋਂ ਆਏ ਮੁੜ ਹੱਟ ਤਾਂ ਨਹੀਂ ਗਏ ਅਨੋਪਗੜ ਕਦੀ ਨਹੀਂ ਬਹੁਤ ਨਹੀਂ ਗਏ ਮੋੜ ਨਹੀਂ ਅੱਛਾ ਮੋੜ ਇੱਧਰ ਛੱਡ ਹੀ ਹੋ ਗਈ ਮੋੜ ਕੀ ਹੈ ਅੱਛਾ ਅੱਛਾ ਹਾਂ ਨਾਲੇ ਮੁੜ ਬਿਰਾ ਮੇਰੇ ਸਾਰੇ ਹੀ ਇੱਥੇ ਹਾਂ ਬਿਰਾ ਵੀ ਇੱਥੇ ਆ ਗਏ ਹਾਂ ਅਸੀਂ ਸਾਹ ਤਾਂ ਬਿਰਾ ਦੋਵੇਂ ਸਾਰੇ ਹੀ ਇੱਥੇ ਆ ਨਹੀਂ ਦਿਲ ਤਾਂ ਕਰਦਾ ਸੀ ਕਦੇ ਵੀ ਚਲੋ ਉੱਥੇ ਇੰਨਾ ਟਾਈਮ ਗੁਜ਼ਾਰਾ ਹੈ ਕਿ ਚੱਕਰ ਲਾ ਆਈਏ ਹਾਂ ਦਿਲ ਤਾਂ ਕਰਦਾ ਸੀ ਤੁਹਾਡਾ ਉੱਥੇ ਚੱਕਰ ਲਾਵਣ ਦੇ ਕਿ ਨਹੀਂ ਕਰਦਾ ਜਾਏ ਪਰ ਹੁਣ ਪੜਿਆ ਨਹੀਂ ਆ ਤਾਰ ਨਹੀਂ ਜਾਵਣ ਦੇ ਹਾਂ ਤਾਰਾਂ ਲੱਗ ਗਈਆਂ ਹੁਣ ਜੋ ਵੀ ਤੋਂ ਪੂਰਾ ਚੱਕਰ ਕੱਟ ਤੇ ਪਰਮਿਟ ਲੈ ਤੇ ਹਾਂ ਆਪਣੇ ਮਾਲ ਹੋਰ ਲੱਗਤੇ ਤੇ ਚੱਲਦੇ ਰਹਿੰਦੇ ਉਹ ਨਹੀਂ ਲਾਉਂਦੇ ਉਹ ਆਉਂਦਾ ਪੁੰਨ ਹੁੰਦਾ ਸਹੀ ਹੈ ਆ ਵੀ ਮਾਲ ਕਿਹੜਾ ਨੁਕਸਾਨ ਕਰਦਾ ਵੀ ਹੈ ਬਸ ਵਿਚਾਰ ਤੇ ਹਟ ਹਾਂ ਚਾਰ ਤੇ ਜਾਂਦਾ ਹੈ ਹਾਂ ਸਾਡਾ ਕੀ ਲੈਂਦਾ ਸਾਡਾ ਕੀ ਲੈਂਦਾ ਹਾਂ ਸਾਨੂੰ ਆਖੇ ਸਵਾਬ ਦਿੰਦਾ ਸਵਾਬ ਦਿੰਦਾ ਭੁੱਖੀਆਂ ਰਾਜ ਤੇ ਜਾਂ ਗੱਡੀ ਤੇ ਕਿਹੜੇ ਸਟੇਸ਼ਨ ਤੋਂ ਚੜ੍ਹਦੇ ਹੁੰਦੇ ਆ ਰੇਲ ਗੱਡੀ ਦੇ ਆ ਇੱਥੇ ਧਨੂਰ ਹੈ ਮੁਨੀਆਲੇ ਤੋਂ ਇੱਧਰ ਸਾਮ ਧਨੂਰ ਅੱਛਾ ਹਾਂ ਇੱਕ ਥੇੜੀ 'ਚੋਂ ਚੜ੍ਹਦੇ ਆ ਥੇੜੀ ਹਾਂ ਥੇੜੀ ਤਾਂ ਉਹਨਾਂ ਨਾਂ ਹੀ ਬਦਲ ਦਿੱਤਾ ਹੁਣ ਕਰਨਪੁਰ ਕੇ ਇਸ ਤਰ੍ਹਾਂ ਦਾ ਨਾਮ ਰੱਖ ਦਿੱਤਾ ਇਹਨੇ ਨਹੀਂ ਉਹ ਥੇੜੀ ਸੱਤ ਹੈ ਉੱਥੋਂ ਰਮਣ ਵਾਲੇ ਥੇੜੀ ਸੱਦੇ ਉਸ ਨੇ ਲੇਕਿਨ ਨਾਂ ਜਿਹੜਾ ਕਾਗਜ਼ਾਂ 'ਚ ਬਦਲ ਦਿੱਤਾ ਇਹਨੇ ਹਾਂ ਗੰਗਾਨਗਰ ਦਾ ਨਾਮ ਬਦਲਾਇਆ ਇਹਨੇ ਹੁਣ ਉਹਨੂੰ ਰਾਸ਼ੀ ਨਗਰ ਸੱਦੇ ਹਨ ਅੱਛਾ ਜੀ ਅੱਗੇ ਗੰਗਾਨਗਰ ਸੱਦ ਗੰਗਾਨਗਰ ਅਤੇ ਉਹ ਸਟੇਸ਼ਨ ਸੁਦਾਵਲਪੁਰ ਉਹ ਵੀ ਸ਼ਹਿਰ ਅੱਛਾ ਉਹ ਅੱਗੇ ਸੁਜਾਵਲਪੁਰ ਆਏ ਹਿੰਦੂ ਮਾਲ ਕੋਟ ਹੁਣ ਸੁਜਾਵਲਪੁਰ ਸਰ ਠੀਕ ਹੈ ਠੀਕ ਕਈ ਸ਼ਹਿਰਾਂ ਦੇ ਨਾਮ ਬਦਲਾਏ ਜਿਹੜੇ ਪਿੱਛੇ ਪਿੱਛੇ ਨੇ ਉਹਨਾਂ ਦੇ ਮੇਕਾਂ ਨੇ ਰਾਜਾਂ ਦੇ ਕੋਲ ਨਹੀਂ ਬਦਲੇ ਉਹਨਾਂ ਨੇ ਸਹੀ ਬਾਬਾ ਜੀ ਅਨੋਪਗੜ੍ਹ ਜਿਹੜਾ ਹੈ ਇਹ ਸਾਰਾ ਰੇਤਲਾ ਇਲਾਕਾ ਹੈ ਅੱਗੇ ਹਾਂ ਰੇਤਲਾ ਹੁਣ ਉੱਥੇ ਵਾਹੀਆਂ ਆਉਂਦੀਆਂ ਨੇ ਤੁਹਾਡੇ ਕੀ ਦੱਸਦੇ ਨੇ ਰਿਸ਼ਤੇਦਾਰ ਹੁਣ ਤਾਂ ਵਾਹੀਆਂ ਆਉਂਦੀਆਂ ਨੇ ਅੱਗੇ ਐਵੇਂ ਉਜਾੜ ਹੈ ਤਾਂ ਅੱਗੇ ਉਜਾੜ ਹੈ ਅੱਗੇ ਰੁਪਈਆ ਇੱਕ ਲੈਂਦੇ ਆ ਟੋਰ ਦਾ ਸਾਲ ਦਾ ਅੱਛਾ ਭੁੰਗੇ ਲੈਂਦੇ ਆ ਅੱਛਾ ਉਹ ਹੁਣ ਭੁੰਗੇ ਛੱਡ ਦਿੱਤੇ ਉਹ ਕੌਣ ਲੈਂਦਾ ਜੀ ਠਾਕਰ ਲੈਂਦੇ ਆ ਅੱਛਾ ਉਹ ਲੈਂਦੇ ਉਹਨਾਂ ਦੇ ਐਵੇਂ ਰਜਵਾੜਿਆ ਜਿਵੇਂ ਆ ਜ਼ਿਮੀਂਦਾਰਾਂ ਦੇ ਜ਼ਿਮੀਂਦਾਰਾਂ ਦੇ ਰਕਬੇ ਅੱਛਾ ਜੀ ਐਵੇਂ ਰਜਵਾੜੇ ਠੀਕ ਹੈ ਉਹ ਮੋਟੋ ਉਹਦੇ ਵੀ ਟੁੱਟੇ ਹਾਂ ਉਹਦੇ ਵੀ ਟੁੱਟੇ ਹਾਂ ਜਿੱਥੇ ਉਹ ਟੁੱਟੇ ਨੇ ਤੁਸੀਂ ਉਹਨਾਂ ਜਾਣਦਾ ਕੀਤਾ ਬੁੰਗਾ ਉਹ ਨਹੀਂ ਲੈ ਠੀਕ ਇੱਕ ਰੁਪਈਆ ਲੈਂਦੇ ਆ ਟੋਰ ਦਾ ਸਾਲ ਬਾਰੋ ਚੜਦਾ ਠੀਕ ਬਾਬਾ ਜੀ ਸਰ ਇੱਧਰ ਹਿੰਦੂ ਉੱਠ ਤੇ ਗਏ ਉਹਦੇ ਹਾਂ ਇਸ ਪਾਸੋਂ ਹਾਂ ਉਹਨਾਂ ਦਾ ਕੋਈ ਇੱਥੇ ਬੰਦਾ ਰਹਿ ਗਿਆ ਕਿ ਸਾਰੇ ਉੱਠੀ ਤੇ ਚਲੇ ਗਏ ਲਾਲੇ ਕੇ ਚੋਂ ਕੋਈ ਬੰਦਾ ਰਿਹਾ ਤਾਂ ਨਹੀਂ ਉਹਨਾਂ ਦਾ ਕੋਈ ਨਹੀਂ ਰਿਹਾ ਕਿ ਆਸੇ ਪਾਸੇ ਪਿੰਡਾਂ 'ਚ ਸਾਰੇ ਨਿਕਲ ਗਏ ਸਾਰੇ ਨਿਕਲ ਜਿਹੜੇ ਰਹੇ ਵੀ ਆਏ ਨਾ ਉਹ ਪਿੱਛੇ ਨਿਕਲ ਗਏ ਉਹ ਪਿੱਛੇ ਚਲੇ ਗਏ ਹਾਂ ਰਹਿਆ ਇੱਥੇ ਹਿੰਦੂ ਰਿਹਾ ਕੋਈ ਨਹੀਂ ਰਿਹਾ ਕੋਈ ਨਹੀਂ
ਨਹੀਂ ਆਪੋ ਆਪਦੀ ਥਾਰਾਂ ਦਾ ਹੈ ਉਹ ਮਹਾਤਮਾ ਕੋਲ ਅਸੀਂ ਆਉਂਦੇ ਨੇ ਜਿਹੜੇ ਇੱਥੋਂ ਨਿਕਲ ਤੇ ਗਏ ਹੋਇਆ ਅਸੀਂ ਆਉਂਦੇ ਹੁਣ ਤਾਂ ਤੁਸੀਂ ਸੌਖੇ ਨੇ ਉੱਥੇ ਤਾਂ ਝੋਟੇ ਬਾਂਹਦੇ ਆ ਹੁਣ ਤਾਂ ਬੜਾ ਟਰੱਕ ਬਾਂਹਦੇ ਉਹ ਆਉਂਦੇ ਨਹੀਂ ਆ ਮਰਦਿਆਂ ਮੁੜ ਅਸਾਂ ਰੋਜ਼ੀ ਤਾਂ ਕਮਾਉਂਦੇ ਸਾਨੂੰ ਆਖਣ ਨਾ ਜੇ ਇੱਥੋਂ ਲੱਗ ਜਾ ਤਾਂ ਹਰ ਸ਼ਹਿ ਪਈ ਰਹਿਣ ਦਾ ਅਸੀਂ ਖੜੀ ਛੱਡ ਸਾਂ ਤਾਂ ਉੱਧਰ ਲੱਗ ਜਾ ਸਾਂ ਸਾਡਾ ਉਹ ਦੇਸ਼ ਹੈ ਸਾਡਾ ਸਾਡਾ ਦਿਲ ਲੱਗਦਾ ਹੀ ਦਿਲ ਲੱਗਦਾ ਹੀ ਨਹੀਂ ਜਿੱਥੋਂ ਜਿੱਥੇ ਜੰਮੇ ਪੜੇ ਉਹ ਛੱਡਣੀ ਸੌਖਾ ਕੰਮ ਤਾਂ ਨਹੀਂ ਹੈ ਹਾਂ ਉਹ ਆਉਂਦਾ ਸਾਡਾ ਜੀ ਨਹੀਂ ਲੱਗਦਾ ਹਾਂ ਜੀ ਨਹੀਂ ਲੱਗਦਾ ਹਾਂ